ਰਾਜੇਵਾਲ ਸਾਹਿਬ, ਬੱਸ ਤੁਸੀਂ ਸਫ਼ਰ ਕਰ ਲਿਆ ਪਰ ਤੁਹਾਡੇ ਸਾਥੀ ਇੰਤਜ਼ਾਰ ਕਰ ਰਹੇ ਆ ਕਿ ਸਫ਼ਰ ਕਿੰਨਾ ਲੰਬਾ ਹੋਵੇਗਾ? ਜਾਣ ਤੱਕ ਮੰਜ਼ਿਲ ਤੱਕ ਪਹੁੰਚਣ ਦੇ ਲਈ ਜਿਹੜੇ ਤੁਸੀਂ ਮੁੱਦੇ ਲੈ ਕੇ ਉਹਦੇ ਲਈ ਲੰਬਾ ਸਫ਼ਰ, ਉਹਦੇ ਹਾਲੇ ਕੋਈ ਉਹਦੀ ਟਾਈਮ ਲਿਮਿਟ ਨਹੀਂ ਫਿਕਸ ਕੀਤੀ ਜਾ ਸਕਦੀ। ਔਰ ਇੱਕ ਜ਼ਰੂਰ ਹੈ ਵੀ ਜਿੰਨਾ ਲੰਬਾ ਹੋਣ ਦੇਵੇਗੀ ਸਰਕਾਰ, ਉਹਨਾਂ ਸਰਕਾਰ ਦੇ ਜਿਹੜੇ ਨਾ ਸਰਕਾਰ ਲਈ ਟੋਆ ਡੂੰਘਾ ਹੁੰਦਾ ਜਾਂਦਾ ਹੈ। ਲੱਗਿਆ ਵੀ ਸਰਕਾਰ ਜਾਣਬੁੱਝ ਕੇ ਇਸ ਅੰਦੋਲਨ ਨੂੰ ਲੰਬਾ ਖਿੱਚਣਾ ਚਾਹ ਰਹੀ, ਕਿਉਂਕਿ ਤੁਹਾਡੇ ਕੁਝ ਆਗੂ ਇਹ ਗੱਲ ਕਹਿ ਰਹੇ ਆ ਕਿ ਸਰਕਾਰ ਦੀ ਨੀਤ ਤੇ ਸਾਨੂੰ ਸ਼ੱਕ ਹੈ। ਮੈਂ ਹਾਲੇ ਇਹ ਨਹੀਂ ਕਹਿ ਸਕਦਾ, ਪ੍ਰੈਸ਼ਰ ਹੈਗਾ। ਸਰਕਾਰ ਦੀ ਨੀਅਤ ਕਦੇ ਵੀ ਸਾਫ਼ ਨਹੀਂ ਹੁੰਦੀ, ਐਡਾ ਸੌਖਾ ਕੁਝ ਦਿੰਦੀ ਨਹੀਂ ਹੁੰਦੀ, ਪਰ ਦਿਮਾਗ 'ਤੇ ਪ੍ਰੈਸ਼ਰ ਜ਼ਰੂਰ ਹੈ। ਜਦੋਂ ਅਸੀਂ ਉਹਨਾਂ ਨੂੰ ਕਿਹਾ ਵੀ ਬਿਠਾ ਲਓ, ਜਿੰਨੇ ਦਿਨ ਬਿਠਾਉਣਾ ਹੈ ਇਹਨੇ ਵਧੀ ਜਾਣਾ, ਇਹਨੇ ਪਿੱਛੇ ਨਹੀਂ ਮੁੜਨਾ ਔਰ ਤੁਹਾਡੇ ਲਈ ਹੋਰ ਮੁਸੀਬਤ ਹੋਏਗੀ, ਉਸ ਵੇਲੇ ਉਹਨਾਂ ਦਾ ਚਿਹਰਾ ਦੇਖਣ ਵਾਲਾ ਸੀ। ਦਬਾਅ ਸਰਕਾਰ 'ਤੇ ਹੈ, ਤੁਹਾਡੇ 'ਤੇ ਤਾਂ ਨਹੀਂ? ਨਾ, ਸਾਡੇ 'ਤੇ ਕੀ ਦਬਾਅ? ਸਾਡੇ 'ਤੇ ਇਹਨੂੰ ਸੰਭਾਲਣ ਦਾ ਦਬਾਅ ਜ਼ਰੂਰ ਹੈਗਾ, ਸਾਡਾ ਭਾਈਚਾਰਾ, ਕਿਤੇ ਮੁੰਡੇ ਨਾਲ ਗਲਤੀ ਕਰ ਦੇਣ, ਇਹਦੇ ਲਈ ਸਾਡੇ 'ਤੇ ਦਬਾਅ ਜ਼ਰੂਰ ਹੈ। ਤੁਹਾਨੂੰ ਇਹ ਮਹਿਸੂਸ ਹੋਇਆ ਕਿ ਜਿਹੜੇ ਖੇਤੀਬਾੜੀ ਮੰਤਰੀ ਉੱਥੇ ਬੈਠੇ ਸੀ ਜਾਂ ਹੋਰ ਮੰਤਰੀ ਬੈਠੇ ਆ, ਇਹਨਾਂ ਦੇ ਹੱਥ ਵਾਸ ਕੁਝ ਹੈ ਜਾਂ ਪ੍ਰਧਾਨ ਮੰਤਰੀ ਤੋਂ ਮੋਹਰ ਲੱਗਣੀ ਹੈ, ਗ੍ਰਹਿ ਮੰਤਰੀ ਤੋਂ ਮੋਹਰ ਲੱਗਣੀ? ਸਾਡੇ ਇੱਕ ਸਾਥੀ ਨੇ ਸਿੱਧਾ ਸਿੱਧਾ ਕਹਿ ਦਿੱਤਾ ਸੀ ਵੀ ਤੁਸੀਂ ਤਾਂ ਪ੍ਰਧਾਨ ਮੰਤਰੀ ਤੋਂ ਬਿਨਾਂ ਪੁੱਛੇ ਕੁਝ ਕਰ ਹੀ ਨਹੀਂ ਸਕਦੇ, ਤੁਸੀਂ ਤਾਂ ਐਵੇਂ ਬੈਠੇ ਹੋ, ਤਾਂ ਫਿਰ ਉਹਨੂੰ ਇੰਨਾ ਵੀ ਨਹੀਂ ਸੀ ਸਖ਼ਤ ਕਹਿਣਾ ਚਾਹੀਦਾ, ਥੋੜ੍ਹਾ ਜਿਹਾ ਉਹਨੂੰ ਠੋਕਿਆ ਵੀ ਅਤੇ ਜਿਹੜਾ ਖੇਤੀ ਮੰਤਰੀ ਸੀਗਾ ਅਤੇ ਸੰਭਾਲ ਵੀ ਲਿਆ, ਕਿਉਂਕਿ ਡਿਪਲੋਮੇਸੀ ਵੀ ਕਈ ਵਾਰੀ ਕੰਮ ਕਰਦੀ ਹੈ। ਜੇ ਤੁਸੀਂ ਆਪਣੀ ਗੱਲ ਕਹਿਣੀ ਹੈ, ਹਰ ਵੇਲੇ ਕੋਈ ਰੁੱਖੀ ਗੱਲ ਉਹ ਮਾਨੇ ਨਹੀਂ ਰੱਖਦੀ, ਉਹਦੇ ਨੁਕਸਾਨ ਹੋ ਜਾਂਦਾ, ਪਰ ਸਾਡੇ ਬੰਦੇ ਮੂੰਹ ਫਟਣੇ, ਉਹਨਾਂ ਨੇ ਕਹਿ ਵੀ ਦਿੱਤਾ। ਬਹੁਤ ਧੰਨਵਾਦ ਰਾਜੇਵਾਲ ਸਾਹਿਬ। ਰਾਜੇਵਾਲ ਸਾਹਿਬ ਕਹਿ ਰਹੇ ਆ ਡਿਪਲੋਮੈਸੀ ਵੀ ਕਈ ਵਾਰ ਕੰਮ ਕਰਦੀ ਹੈ, ਇਸ ਡਿਪਲੋਮੈਸੀ ਦੇ ਵਿਚਾਲੇ ਸਾਨੂੰ ਇਕੱਲੀ ਇਕੱਲੀ ਗੱਲ ਸੋਚਣੀ ਪਵੇਗੀ ਕਿ ਅੰਦੋਲਨ ਕਿੱਥੇ ਖੜਾ ਹੈ ਅਤੇ ਕਦੋਂ ਤੱਕ ਇਹ ਅੰਦੋਲਨ ਚੱਲੇਗਾ, ਇਹ ਸੰਘਰਸ਼ ਕਦੋਂ ਤੱਕ ਚੱਲੇਗਾ।